ਪੰਜਾਬੀ ਸੱਭਿਆਚਾਰ ਦੀ ਗੱਲ ਕਰਨ ਤੋਂ ਪਹਿਲਾਂ ਸੁੱਖੀ ਉਭਾ ਵਾਲੀਏ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜਿਨ੍ਹਾਂ ਲੋਕਾਂ ਨੇ ਸਾਡੇ ਸੱਭਿਆਚਾਰ ਨੂੰ ਤਹਿਸ਼ ਨਹਿਸ਼ ਕੀਤਾ। ਗੱਲ ਕਰਦੇ ਆ ਉਹਨਾਂ ਫੁਕਰੇ ਗਾਇਕਾਂ ਤੇ ਗੀਤਕਾਰਾਂ ਦੀ ਜਿਨ੍ਹਾਂ ਸਾਡੇ ਪੰਜਾਬ ਨੂੰ ਕੁਰਾਹੇ ਵੱਲ ਤੋਰਿਆ। ਗੱਲ ਕਰ ਗੀਤਾਂ ਵਿੱਚ ਲੱਚਰਤਾ ਤੇ ਹਥਿਆਰਾਂ ਦੀ, ਲੱਚਰ ਗਾਇਕੀ ਨੂੰ ਮੂੰਹ ਤੋੜ ਜਵਾਬ ਦੇਣ ਜਾ ਰਿਹਾ ਤੁਹਾਡਾ ਆਪਣਾ ਕਲਾਕਾਰ ਹਰਵਿੰਦਰ ਹੈਪੀ, ਜਿਹਨੂੰ ਕਲਮਬੰਦ ਕੀਤਾ ਹੈ ਉੱਘੇ ਗੀਤਕਾਰ ਪ੍ਰੀਤ ਉੱਭਾ ਵਾਲੀਏ ਨੇ, ਸੰਗੀਤਕ ਧੁਨਾਂ ਦੇ ਵਿੱਚ ਪਰੋਇਆ ਹੈ ਐਸ ਜੀ ਬੀਟ ਵਾਲਿਆਂ ਨੇ। ਸੁਣ ਕੇ ਜਰਾ ਕੀ ਕਹਿੰਦਾ। ਤਸੱਲੀਆਂ ਕਰਾਉਣ ਵਾਲਿਆ, ਗੱਲ ਸੁਣ ਮਿੱਤਰਾ ਗਾਉਣ ਵਾਲਿਆ, ਝੂਠੀਆਂ ਤਸੱਲੀਆਂ ਕਰਾਉਣ ਵਾਲਿਆ, ਫੁਕਰੇ ਪਣੇ ਤੋਂ ਜਰਾ ਕਰ ਸੰਕੋਚ, ਫੁਕਰੇ ਪਣੇ ਤੋਂ ਜਰਾ ਕਰ ਸੰਕੋਚ, ਚੰਗੀ ਬੰਦਗੀ ਸੁਣਾਵੇ ਤੈਨੂੰ ਤਾਂ ਮੰਨੀਏ, ਲਾ ਰੱਖੀ ਚੜੀ ਤੂੰ ਲੱਚਰ ਗੀਤਾਂ ਦੀ, ਮਾਰ ਯੋਧਿਆਂ ਦੀ ਗਾਵੇ ਤੈਨੂੰ ਤਾਂ ਮੰਨੀਏ, ਚੜੀ ਤੂੰ ਲੱਚਰ ਗੀਤਾਂ ਦੀ, ਬਾਰੇ ਉਹਦਿਆਂ ਦੀ ਗਾ ਮੈਂ ਤੈਨੂੰ ਤਾਂ ਮੰਨੀਏ। ਚੜੀ ਤੂੰ ਲੱਚਰ ਗੀਤਾਂ ਦੀ, ਬਾਰ ਯੋਧਿਆਂ ਦੀ ਗਾ ਮੈਂ ਤੈਨੂੰ ਤਾਂ ਮੰਨੀਏ, ਲਾ ਰੱਖੀ ਚੜੀ ਤੂੰ ਲੱਚਰ ਗੀਤਾਂ ਦੀ, ਬਾਰ ਯੋਧਿਆਂ ਦੀ ਗਾ ਮੈਂ ਤੈਨੂੰ ਤਾਂ ਮੰਨੀਏ। ਚੜੀ ਤੂੰ ਲੱਚਰ ਗੀਤਾਂ ਦੀ, ਬਾਰ ਯੋਧਿਆਂ ਦੀ ਗਾ ਮੈਂ ਤੈਨੂੰ ਤਾਂ ਮੰਨੀਏ, ਲਾ ਰੱਖੀ ਚੜੀ ਤੂੰ ਲੱਚਰ ਗੀਤਾਂ ਦੀ, ਬਾਰ ਯੋਧਿਆਂ ਦੀ ਗਾ ਮੈਂ ਤੈਨੂੰ ਤਾਂ ਮੰਨੀਏ। ਚੜੀ ਤੂੰ ਲੱਚਰ ਗੀਤਾਂ ਦੀ, ਬਾਰ ਯੋਧਿਆਂ ਦੀ ਗਾ ਮੈਂ ਤੈਨੂੰ।